ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ, ਅੱਜ ਤੁਹਾਡੇ ਲਈ ਆਪਾਂ ਬਹੁਤ ਜ਼ਬਰਦਸਤ ਤਰੀਕਾ ਲੈ ਕੇ ਆਏ। ਜਿਹੜੇ ਭਰਾਵਾਂ ਦੇ ਪਸ਼ੂ ਵਾਰ ਵਾਰ ਰਿਪੀਟ ਹੋਈ ਜਾਂਦੇ ਹੈਗੇ ਵੀ ਪਸ਼ੂ ਟੀਕਾ ਭਰਾ ਦਿੰਦੇ ਆਪਾਂ ਗੱਭਣ ਨਹੀਂ ਰਹਿੰਦੇ, ਉਹ ਤੋਂ ਅੱਜ ਤੁਹਾਨੂੰ 100% ਆਪਾਂ ਰਿਜ਼ਲਟ ਦੱਸਦੇ ਹਾਂ ਵੀ ਤੁਸੀਂ ਕੀ ਦੇਣਾ ਹੈਗਾ, ਵੀ ਕੀ ਕਾਰਨ ਜਿਹੜੇ ਪਸ਼ੂ ਰਹਿੰਦੇ ਨੇ ਕੀ ਕੀ ਚੀਜ਼ਾਂ ਦੇਣੀਆਂ ਗੀਆਂ। ਵੀਡੀਓ ਲਾਸਟ ਤੱਕ ਦੇਖਿਓ, ਦੇਖ ਕੇ ਸ਼ੇਅਰ ਜ਼ਰੂਰ ਕਰਕੇ ਜਾਇਓ, ਪਹਿਲਾਂ ਵੀਡੀਓ ਸਾਰੀ ਸੁਣ ਲਿਓ ਧਿਆਨ ਨਾਲ। ਜੇ ਤੁਹਾਨੂੰ ਵੀਡੀਓ 'ਚ ਤੰਤ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਓ ਅਤੇ ਚੈਨਲ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ, ਕਿਉਂਕਿ ਦੋਸਤੋ ਆਪਾਂ ਨੂੰ ਬਹੁਤ ਭਰਾਵਾਂ ਦੇ ਕਮੈਂਟ ਆਉਂਦੇ, ਆਪਾਂ ਯੂਟਿਊਬ 'ਤੇ ਵੀਡੀਓ ਬਣਾਉਣਾ, ਮੰਡੀ ਦੀਆਂ ਵੀਡੀਓ ਬਣਾਉਣਾ, ਘਰੋਂ ਵੀ ਆਪਾਂ ਵੀਡੀਓ ਬਣਾਉਣੇ ਹੈਗੇ। ਅਤੇ ਇਹ ਮੈਂ ਕੱਲ੍ਹ ਪਰਸੋਂ ਨਾ ਬਾਈ ਦੀ ਜਿਹੜੀ ਸਕਰੀਨ 'ਤੇ ਤੁਸੀਂ ਮੱਝਾਂ ਦੇਖ ਰਹੇ ਹਾਂ, ਆਪਾਂ ਇਹ ਬਾਈ ਦੀਆਂ ਮੱਝਾਂ ਦੀ ਵੀਡੀਓ ਕਰਨ ਗਏ ਸੀ, ਬਕਾਊ ਸੀ ਬਾਈ ਦੀ ਮੱਝ, ਤਾਂ ਇਹਦੇ ਕੋਲ ਬਾਈ ਕੋਲ 22-23 ਨਾਗਾਗ ਪਸ਼ੂਆਂ ਦੀ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ। ਅਤੇ ਮੈਂ ਇਹ ਕਹਿੰਦਾ ਬਾਈ ਕਹਿੰਦਾ ਵੀ ਮੇਰੇ ਸਾਲ ਸਾਲ ਬਾਅਦ ਜਿਹੜੇ ਪਸ਼ੂ ਸੁਣਦੇ ਹੈਗੇ। ਚਲੋ ਆਪਾਂ ਤੁਹਾਡੇ ਨਾਲ ਭਰਾਵਾਂ ਨਾਲ ਸ਼ੇਅਰ ਕਰਦੇ ਹਾਂ ਵੀ ਬਾਈ ਨੇ ਜਿਹੜਾ ਆਪਾਂ ਨੂੰ ਤਰੀਕਾ ਦੱਸਿਆ ਗਾ। ਇਹ ਬਾਈ ਕਹਿੰਦਾ ਵੀ ਮੇਰਾ ਅੱਜ ਤੱਕ ਪਸ਼ੂ ਜਿਹੜਾ ਰਿਪੀਟ ਨਹੀਂ ਹੋਇਆ, ਬਹੁਤ ਸੋਹਣੇ ਬਾਈ ਪਸ਼ੂਆਂ 'ਤੇ ਕੰਮ ਕਰਦਾ ਗਾ। ਜਿਹੜਾ ਇਹ ਭਰਾ ਨੇ ਆਪਾਂ ਨੂੰ ਤਰੀਕਾ ਦੱਸਿਆ, ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਬਾਈ ਕਹਿੰਦਾ ਮੈਂ ਇਹੀ ਤਰੀਕਾ ਅਪਣਾਉਣਾ ਵੀ ਐਂ ਜੀ ਕਹਿੰਦਾ, ਕਿਉਂਕਿ ਦੋਸਤੋ ਇਹ ਭਰਾ ਨੇ ਜਿਹੜੇ ਪਸ਼ੂ ਇੰਨੇ ਹੈਗੇ ਦਾ ਮਾਗਰ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਨਾ, ਕੱਟੇ ਕੱਟੀਆਂ ਜਿਹੜੇ ਤਿਆਰ ਕਰੀ ਬੈਠਾ ਗਾ, ਕਿਉਂਕਿ ਬਾਈ ਨੂੰ ਐਕਸਪੀਰੀਅੰਸ ਘੱਟੋ ਘੱਟ 10-12 ਸਾਲਾਂ ਦਾ ਗਾ। ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਅਤੇ ਆ ਜਾਓ ਫਿਰ ਤੁਹਾਨੂੰ ਆਪਾਂ ਦੱਸ ਦਿਆਂ। ਇਹਦਾ ਬਾਈ ਜਿਹੜਾ ਦਾਦਾ ਸੀ ਆਪਾਂ ਨੂੰ, ਮੈਂ ਬਾਈ ਨੂੰ ਜਦੋਂ ਪੁੱਛਿਆ ਵੀ ਬਾਈ ਯਾਰ ਪਸ਼ੂ ਬਹੁਤ ਰਿਪੀਟਾਂ ਪ੍ਰੋਬਲਮ ਆਉਂਦੀ ਹੈਗੀ ਭਰਾਵਾਂ ਦੇ, ਮੈਨੂੰ ਕਮੈਂਟ ਵੀ ਆਉਂਦੇ ਹੈਗੇ ਵੀ ਭਰਾ ਬਹੁਤ ਫੋਨ ਵੀ ਕਰਦੇ ਹੈਗੇ। ਇਹ ਕਹਿੰਦਾ ਬਈ ਵੱਡਾ ਕਾਰਨ ਤਾਂ ਜਿਹੜੇ ਭਰਾ ਹਰਾ ਚਾਰਾ ਕਹਿੰਦਾ ਬੀਜਦੇ ਹੈਗੇ, ਉਹ ਇੱਕ ਜਗ੍ਹਾ 'ਤੇ ਕਹਿੰਦਾ ਵਾਰੀ ਵਾਰੀ ਬੀਜੀ ਜਾਂਦੇ ਹੈਗੇ, ਤਾਂ ਕਰਕੇ ਕਹਿੰਦਾ ਹਰੇ ਚਾਰੇ ਜਿਹੜੇ ਪਸ਼ੂ ਨੂੰ ਪੂਰੇ ਤੱਤ ਨਹੀਂ ਮਿਲਦੇ। ਇਹ ਕਹਿੰਦਾ ਸਾਰਿਆਂ ਨੂੰ ਵੱਡਾ ਕਾਰਨ ਆ, ਕਹਿੰਦਾ ਮੈਂ ਹਰ ਸਾਲ ਜਿਹੜਾ ਬਦਲਵੀਂ ਜਗ੍ਹਾ 'ਤੇ ਜਿਹੜਾ ਹਰਾ ਚਾਰਾ ਬੀਜਦਾਂਗਾ। ਠੀਕ ਹੈ, ਇਹ ਤਾਂ ਹੋ ਗਿਆ ਜੀ ਇੱਕ ਨੰਬਰ। ਦੂਜੀ ਗੱਲ ਇਹ ਭਰਾ ਨੇ ਦੱਸਣਗਾ ਵੀ ਕਹਿੰਦਾ ਬਾਈ ਕਹਿੰਦਾ ਜਦੋਂ ਆਪਣਾ ਪਸ਼ੂ ਸੂ ਪੈਂਦਾ ਗਾ ਮੈਲੇ 'ਤੇ ਚੱਲ ਪੈਂਦਾ, ਕਹਿੰਦਾ ਆਪਾਂ 2 ਕਿਲੋ ਮਿਸਰੀ ਅਤੇ 2 ਕਿਲੋ ਗਲਕੰਦ ਲਿਆਉਣੇ ਆ ਘਰੇ, ਕਹਿੰਦਾ ਇੱਕ ਪਸ਼ੂ ਖਾਤਰ, ਕਹਿੰਦਾ ਮੈਂ ਪਾਈਆ ਗਲਕੰਦ ਅਤੇ ਪਾਈਆ ਮਿਸਰੀ ਤਾਂ ਗਲੀ, ਕਹਿੰਦਾ ਸ਼ਾਮ ਨੂੰ ਕਾੜਾ ਲਈ ਤਿਆਰ ਕਰ ਦਿੰਦਾ ਗਾ, ਮੈਂ ਅਲੱਗ 'ਤੇ ਉਹਦਾ ਕਾੜਾ ਬਣਾ ਲੈਂਦਾ ਗਾ, ਅਤੇ ਸੁਬਾਹ ਕਹਿੰਦਾ ਧਾਰ ਚੋਣ ਤੋਂ ਬਾਅਦ ਮੈਂ ਪਸ਼ੂ ਨੂੰ ਦਿੰਦਾ ਗਾ, ਉਹਦੇ ਨਾਲ ਕੀ ਆ ਪਸ਼ੂ ਸਾਫ਼ ਹੋ ਜਾਂਦਾ ਅੰਦਰੋਂ ਜਮ੍ਹਾਂ। ਅਤੇ ਇੱਕ ਕਿਸਾਨ ਭਰਾ ਨੇ ਇਹਨੇ ਦੱਸਿਆ ਸੀਗਾ ਵੀ ਮੰਮੜ ਪਾਣੀ ਗੁਲੀ 'ਚ ਕਹਿੰਦਾ ਜ਼ਰੂਰ ਦਿਓ ਪਸ਼ੂ ਨੂੰ, ਅਤੇ ਕਹਿੰਦਾ ਉਦੋਂ ਬਾਅਦ ਜਦੋਂ ਤੁਹਾਡਾ ਪਸ਼ੂ ਜਿਹੜਾ ਹੀਟ 'ਚ ਆਊਗਾ 100% ਰਹਿ ਜੂਗਾ, ਕਿਉਂਕਿ ਮੋਟਾਪਾ ਵੀ ਜਿਹੜੇ ਖਤਮ ਹੋ ਜਾਣਗੇ, ਅਤੇ ਮਿਸਰੀ ਜਿਹੜੀ ਧਾਗੇ ਵਾਲੀ ਆ ਅਤੇ ਗਲਕੰਦਾ ਉਹਦੇ ਨਾਲ ਨਾ ਤਾਂ ਕਹਿੰਦਾ ਤੁਹਾਡਾ ਪਸ਼ੂ ਚੰਗੀ ਤਰ੍ਹਾਂ ਦੁੱਧ ਕੱਢੂਗਾ, ਦੁੱਧ ਵਧੂਗਾ, ਅਤੇ ਨਾਲੇ ਅੰਦਰੋਂ ਜਿਹੜਾ ਸਾਫ਼ ਹੋ ਜਾਂਦਾ, ਵਧੀਆ ਪਸ਼ੂ ਸਾਫ਼ ਸੁਥਰਾ ਹੋ ਜਾਂਦਾ ਗਾ। ਇਹ ਭਰਾ ਦੇ ਆਪਾਂ ਨੂੰ ਦੱਸਿਆ ਗਾ ਨੁਕਤਾ, ਅਤੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਕੇ, ਤਾਂ ਇਹ ਭਰਾਓ ਤੁਸੀਂ ਵੀ ਨੁਕਤਾ ਅਪਣਾਓ ਅਤੇ ਆਪਣੀ ਵੀ ਜਿਹੜੀ ਕੱਲ੍ਹ ਮੱਝ ਸੂਈ ਆ ਅਤੇ ਆਪਾਂ ਵੀ ਇਹ ਤਰੀਕਾ ਜ਼ਰੂਰ ਅਪਣਾਵਾਂਗੇ। ਅਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਤਾਂ ਤੁਸੀਂ ਇਹ ਤਰੀਕਾ ਜ਼ਰੂਰ ਅਪਣਾ ਕੇ ਦੇਖਿਓ, ਅਤੇ ਮੈਨੂੰ ਉਮੀਦ ਆ ਵੀ ਤੁਹਾਨੂੰ ਰਿਜ਼ਲਟ ਜਿਹੜਾ 100% ਮਿਲੂਗਾ ਜੀ। ਧੰਨਵਾਦ।